ਹਾਂਜੀ ਕਿਵੇਂ ਸਾਰੇ ਹੋਪ ਕਰਦਾ ਸਾਰੇ ਜਣੇ ਘੈਂਟ ਹੋਵੋਗੇ ਆਪਾਂ ਪੂਰੇ ਘੈਂਟ ਆ ਤੇ ਅੱਜ ਆਪਣੇ ਨਾਲ ਦਾ ਮੁੰਡਾ ਲੈ ਕੇ ਆਏ ਜੀ ਬੁਲਟ ਤੇ ਕਿੰਨਾ ਮਾਡਲ ਆ ਕੀ ਹਿਸਾਬ ਦਾ ਆਪਾਂ ਤੁਹਾਨੂੰ ਅੱਗੇ ਦੱਸਦੇ ਕਰੋ ਵੀਡੀਓ ਜੁਆਏ ਅੱਗੇ ਤੇ ਆਪਦਾ ਸ਼ਾਊਟ ਆਊਟ ਆ ਵੀਰੇ ਥੈਂਕ ਯੂ ਵੀਰੇ ਕਮੈਂਟ ਕਰਨ ਵਾਸਤੇ ਤੇ ਦੇਖੋ ਅਗੇ ਤੁਹਾਨੂੰ ਦਿਖਾਉਂਦੇ ਵੀ ਕੀ ਆ ਤੇ ਪਟਾਕੇ ਵੀ ਮਾਰ ਕੇ ਦਿਖਾਵਾਂਗੇ ਅੱਜ ਦੇ ਵਲੋਗ ਦੇ ਵਿੱਚ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਕਰੋ ਤੇ ਬਾਕੀ ਮੇਰੇ ਵੀਰੇ ਮੁੰਡਾ ਲੈ ਕੇ ਆਇਆ ਜੀ ਬੁਲਟ BS3 ਤੇ ਕਿੰਨੇ ਦਾ ਮਿਲਿਆ ਬਾਈ ਇਹ ਪਤਾ ਲੱਗ ਜਾਂਦਾ BS3 1,10,000 ਦਾ 1,10,000 ਮੋਡੀਫਿਕੇਸ਼ਨ ਕਰਾਣਗੇ ਤੇਰੀ ਫੇਵਰੇਟ ਗੱਡੀ ਥੱਲੇ ਕਾਲੀ ਰੱਖ ਦੇ ਇੰਡੀਕੇਟਰ ਨੀਲੇ ਵਾਲੀ ਦੇਖਦਾ ਪੈਸਾ ਲੱਗਾ ਪੈਸਾ ਤਾਂ ਖਾਸਾ ਲਾਤਾ ਬਾਈ ਨੇ ਖਾਸਾ ਪੈਸਾ ਲੱਗਿਆ ਹੋਇਆ ਬਾਈ ਬੈਂਡ ਵੀ ਖਾਸਾ ਮਹਿੰਗਾ ਲੱਗਦਾ ਮੈਨੂੰ ਇਹ ਪਹਿਲਾਂ ਹੱਥ ਵਾਲਾ ਘੱਟ ਰਿਹਾ ਸੀਗਾ ਰਿਐਕਸ਼ਨ ਚੇਂਜ ਕਰ ਲੇ ਬਾਕੀ ਸਾਊਂਡ ਸੁਣੋ ਇਹ ਬੈਂਡ ਉਹ ਵਾਲਾ ਰੀਜਨਲ ਕੰਪਨੀ ਵੱਲੋਂ ਆਉਂਦਾ ਤੇ ਹਜੇ ਮਤਲਬ ਤਾਜ਼ਾ ਤਾਜ਼ਾ ਲੈ ਕੇ ਆਏ ਤੇ ਇਹਦੇ ਵਿੱਚ ਆਪਾਂ ਵਧੀਆ ਵਧੀਆ ਮੋਡੀਫਿਕੇਸ਼ਨ ਕਰਾਵਾਂਗੇ ਤੇ ਬਾਕੀ ਫਿਲਹਾਲ ਤੁਸੀਂ ਓਰੀਜਨਲ ਬੈਂਡ ਤੇ ਸ਼ੋਰਟ ਬੁੱਟ ਦੀ ਆਵਾਜ਼ ਸੁਣੋ ਮੇਰੇ ਵੀਰੋ ਪਟਾਕੇ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਬਾਕੀ ਮੇਰੇ ਵੀਰੋ ਸੂਰਜ ਦੇਖੋ ਪਟਾਕੇ ਦੇ ਤੋਂ ਵੱਜੇ ਨੀ ਜੇਲਡ ਬਾਈਕ ਆਪਣੇ ਥੱਲੇ ਲੈ ਲੈ ਪਟਾਕਾ ਮਾਰ ਨੀ ਇਹਨੂੰ ਮਾਰਨਾ ਹੀ ਨਹੀਂ ਆਉਂਦਾ ਤੇ ਬਾਕੀ ਮੇਰੇ ਵੀਰੋ ਆ ਦੇਖੋ ਆਪਣੇ ਨਾਲ ਦਾ ਮੁੰਡਾ ਲੈ ਕੇ ਆਇਆ ਜੀ ਬੁਲਟ ਪਟਿਆਲੇ ਤੋਂ ਤੇ ਨੰਬਰ ਤੁਸੀਂ ਦੇਖ ਸਕਦੇ ਹੋ BB11 ਪਟਿਆਲੇ ਦਾ ਤੇ ਨੰਬਰ ਬੜਾ ਘੈਂਟ ਆ 00048 0048 ਲਾ ਲਓ ਘੈਂਟ ਨੰਬਰ ਪਲੇਟ ਤੇ ਬਾਕੀ ਗੱਲਾਂ ਦੀਆਂ ਗੱਲਾਂ ਅਲਾਏ ਦੇਖੋ ਦੇਖੋ ਹਵਾ ਨੂੰ ਚੀਰਨੇ ਵਾਲੇ ਲਾਏ ਤੇ ਘੈਂਟ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਵੀ ਇਹ ਤਾਂ ਹਜੇ ਮਤਲਬ ਇਹਨੂੰ ਇੱਕ ਦਿਨੇ ਹੋਇਆ ਤੇ ਜਿਹੜੇ ਪਿਛਲੇ ਬੰਦੇ ਕੋਲ ਸੀਗਾ ਮੈਨੂੰ ਤਾਂ ਕਾਫੀ ਸ਼ੌਂਕੀ ਸੀਗਾ ਬੁਲਟਾਂ ਦਾ ਇੰਡੀਕੇਟਰ ਦੇਖੋ ਤੇ ਸ਼ੌਂਕੀ ਕਹਿਣ ਦਾ ਭਾਵ ਮੈਨੂੰ ਸ਼ੌਂਕੀ ਲੱਗਦਾ ਸਪਰੈਂਡਰ ਤਾਂ ਸੀਗਾ ਉਹ ਘਰਦੇ ਨੇ ਦੁਬਾਰਾ ਬੁਲਟ ਦਿੱਤਾ ਚੱਕਰ ਇਹ ਪੈ ਗਿਆ
ਕੰਮ ਸਾਰਾ ਬੰਦੇ ਨੇ ਸਪਲੈਂਡਰ ਵਾਲਾ ਕਰਾਇਆ ਹੋਇਆ। ਹਾਰਨ ਹੂਰਨ ਦੇਖੋ ਤੇ ਅਲਾਏ ਦੇਖੋ, ਇਹ ਵੀ ਸਪਲੈਂਡਰ ਦੀ ਜੱਜਦੇ ਨੇ। ਤੇ ਇੰਡੀਕੇਟਰ ਦੇਖੋ, ਇੰਡੀਕੇਟਰ ਆਪਾਂ ਤੁਹਾਨੂੰ ਦਿਖਾਤੇ। ਤੇ ਹੁਣ ਆਪਾਂ ਤੁਹਾਨੂੰ ਦੱਸਦੇ ਵੀ ਇਹ ਕਿੰਨਾ ਮਾਡਲ ਹੈ। ਇਹ ਹੈਗਾ ਜੀ 2018 ਮਾਡਲ ਆ ਪੱਕਾ। ਹੋਰ ਨੰਬਰ ਵੇਲੇ ਬੰਦੇ ਆਰ ਟੀ ਓ ਕੱਢ ਕੇ ਦਿਖਾਉਣ, ਕੋਈ ਹੋਰ ਮਾਡਲ ਹੋਵੇ ਕੱਢਣੇ ਲੱਗੇ ਨੂੰ ਆਪ ਨੂੰ ਨਹੀਂ ਪਤਾ। ਤੇ ਇਹ ਹੈਗਾ 2018 ਮਾਡਲ। ਤੇ ਟੈਂਕੀ ਦਾ ਤੁਸੀਂ ਹਿਸਾਬ ਲਾ ਸਕਦੇ ਹੈਗਾ BS4 ਤੇ BS3। ਪਹਿਲਾਂ ਮੈਨੂੰ ਲੱਗਿਆ, ਪਹਿਲਾਂ ਮੈਨੂੰ BS3 ਗਿਆ ਸੀਗਾ, ਪਰ ਇਹ ਹੈਗਾ BS4 ਆ। ਤੇ ਕਿਉਂਕਿ ਤੁਸੀਂ ਟੈਂਕੀ ਦੇਖ ਸਕਦੇ ਹੋ, ਟੈਂਕੀ ਇਹਦੀ ਚੌੜੀ ਵਾਲੀ ਆ ਤੇ ਨਾਲੇ ਮੋਨੋਗ੍ਰਾਮ ਦੂਜੇ ਨੇ ਤੇ ਕਾਰਬੋਰੇਟਰ ਵੀ ਹੁੰਦਾ ਤੇ ਪਟਾਕੇ ਵੀ ਵਾਲੇ ਘੈਂਟ ਮਾਰਦਾ। ਇਹ 2018 ਮਾਡਲ ਹੈਗਾ BS4। BS4 ਚ ਨਾ ਡਿਸਕ ਬ੍ਰੇਕ ਆਉਣ ਲੱਗੀ ਸੀਗੀ, ਪਰ 2018 ਐਂਡਲੇ BS4 ਦੇ ਵਿੱਚ ਮਤਲਬ ਜਿਹੜਾ ਕਿੰਨੀ ਘੰਟ ਸਟੋਕ ਬਣਾਈ ਜਾਂਦਾ ਬਾਈ। ਤੇ 2018 ਮਾਡਲ ਦੇ ਵਿੱਚ ਹੈਗਾ BS4 ਨਵਾਂ ਜਿਹਾ, ਸਟਾਰਟਿੰਗ ਹੋਈ ਸੀ ਨਾ, ਡਿਸਕ ਬ੍ਰੇਕ ਨਹੀਂ ਆਉਂਦੀ ਸੀਗੀ। ਤੇ ਵਾਲਾ ਮਾਡਲ ਬੜਾ ਘੈਂਟ ਆ ਤੇ ਅਲਾਏ ਲੋਏ ਚੇਂਜ ਕਰਾਊਗਾ। ਵੈਸੇ ਤਾਂ ਆਹ ਵੀ ਘੈਂਟ ਲੱਗਦੇ ਨੇ ਜੇ ਧਵਾ ਧੂ ਲਵੇ ਇਹਨੂੰ, ਟਾਇਰ ਟੂਰਾਂ ਚਮਕਾ ਕੇ। ਤੇ ਟਾਇਰ ਇਹਨੇ ਚੇਂਜ ਕਰਾਇਆ ਹੋਇਆ ਹਨਾ, ਟਾਇਰ ਕੰਪਨੀ ਵੱਲੋਂ ਆ ਨਹੀਂ ਆਉਂਦਾ ਹੈਗਾ, ਇਹਨੇ ਥੋੜ੍ਹਾ ਜਿਹਾ ਅਲੱਗ ਦਾ ਪਾਇਆ, ਥੋੜ੍ਹਾ ਚੌੜਾ ਜਿਹਾ ਵੀ ਆ। ਅਤੇ ਬਾਕੀ ਲਾਈਟ ਤੁਸੀਂ ਦੇਖ ਸਕਦੇ ਹੋ, ਚਿਲਡ ਲਾਈਟ ਅਤੇ ਨੰਬਰ ਪਲੇਟਾਂ ਸਰਕਾਰੀ ਨੇ। ਅਤੇ ਇਹ ਲੈ ਕੇ ਆਏ ਜੀ 2018 ਮਾਡਲ, ਅਤੇ ਇਹ ਲੈ ਕੇ ਆਉਂਦੇ ਨੇ 1,10,000 ਦਾ। ਅਤੇ ਮਾਡਲ ਦੇ ਹਿਸਾਬ ਨਾਲ ਠੀਕ ਆ, ਪਰ ਥੋੜ੍ਹਾ ਜਿਹਾ ਬੰਦੇ ਨੇ ਚੱਕਵੀਆਂ ਮੋਡੀਫਿਕੇਸ਼ਨ ਕਰਾਈਆਂ ਹੋਈਆਂ ਨੇ। ਅਤੇ ਹੋਰ ਆਪਾਂ ਤੁਹਾਨੂੰ ਇਹਦੀ ਇੰਜਣ ਦੀ ਵੀ ਦਿਖਾਉਂਦੇ ਹਾਂ, ਬਫਿੰਗ ਬੁਫਿੰਗ ਦੇ ਕਾਫੀ ਕਰਨਾ, ਅਤੇ ਸਾਰੀ ਮੋਡੀਫਿਕੇਸ਼ਨ ਕਰਾਂਗੇ। ਅਤੇ ਇਹਦੇ ਉੱਤੇ ਵੀ ਵਲੋਗ ਆਉਣਗੇ, ਇੱਕ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਵਲੋਗ ਆਪਾਂ ਇਹਦੇ ਉੱਤੇ ਬਣਾਈਏ ਕਿ ਨਹੀਂ। ਅਤੇ ਇੰਜਣ ਦੀ ਆਵਾਜ਼ ਸੁਣੋ, ਇੰਜਣ ਤੋਂ ਥੋੜ੍ਹੀਆਂ ਬਹੁਤੀਆਂ ਆਵਾਜ਼ਾਂ ਆਉਂਦੀਆਂ ਨੇ ਇਹਦੇ। ਅਤੇ ਚਲੋ ਕੋਈ ਨਹੀਂ, ਇਹ ਹਜੇ ਹੁਣ ਕੱਲ੍ਹ ਲੈ ਕੇ ਆਇਆ, ਅਤੇ ਇਹਨੂੰ ਆਪਾਂ ਸਾਰਾ ਕੁਛ ਕਰਾਵਾਂਗੇ, ਇਹਦਾ ਘੈਂਟ ਓਕੇ ਰਿਪੋਰਟ ਕਰਾਂਗੇ ਇਹਨੂੰ। ਅਤੇ ਬੈਂਡ ਇਹਦਾ ਹੈਗਾ ਸਿੰਪਲ ਐਲੀਮੈਂਟ ਆ, ਅਤੇ ਤਾਂ ਵੀ ਪਟਾਕੇ ਇਹ ਵਧੀਆ ਮਾਰਦਾ। ਅਤੇ ਜੇ ਸੀ ਪਵਾ ਲਿਆ ਫਿਰ ਤਾਂ ਸਿਰਾ ਬਣ ਜਾਣੇ ਕੱਲ੍ਹ, ਤਾਂ ਦੇਖ ਸਕਦੇ ਤੁਸੀਂ ਕਾਰਬੋਰੇਟਰ। ਅਤੇ EFI ਤਾਂ ਇਹਦੇ ਵਿੱਚ ਆਉਂਦਾ ਹੀ ਹੁੰਦਾ, ਕਿਉਂਕਿ ਪਟਾਕੇ ਤਾਂ ਹੀ ਮਾਰਦਾ। EFI ਤਾਂ BS6 'ਚ ਬੰਦ ਹੋਇਆ, ਬਾਕੀ ਤਾਂ ਆਉਂਦਾ ਹੀ ਆ। ਅਤੇ ਬਾਕੀ ਦਾ ਇੰਡੀਕੇਟਰ ਉਤਾਰਾਂਗੇ, ਮਗਰ ਟਾਇਰ ਚੌੜਾ ਪਾਵਾਂਗੇ, ਲਾਈ ਵੀ ਚੇਂਜ ਕਰਾਵਾਂਗੇ ਸ਼ਾਇਦ ਜੇ ਬਾਈ ਨੂੰ ਪਸੰਦ। ਅਤੇ ਹੁਣ ਤੁਸੀਂ ਸਾਊਂਡ ਸੁਣ ਲਓ ਇਹਦੀ, ਸਟੋਕ ਚੈੱਕ ਕਰੋ ਮੇਰੇ ਵੀਰੇ, ਉਹ ਕੋਈ ਸਲੋ ਸੈੱਟ ਨਹੀਂ ਤਾਂ ਵੀ ਸਲੋ ਹੈ। ਚਲੋ ਹੁਣ ਤੋਰ ਕੇ ਦਿਖਾਉਂਦੇ ਜੀ ਆਵਾਜ਼ ਮਾਰੀ। ਲੈ ਜਾ ਲੈ ਜਾ, ਭਜਾ ਕੇ ਲਿਆਈ ਅੱਗੋਂ। ਅਤੇ ਬਾਕੀ ਦੇਖੋ ਆਵਾਜ਼ ਤਾਂ ਵੀ ਘੈਂਟ ਬਣਦੀ, ਇੰਨੀ ਮਾੜੀ ਵੀ ਨਹੀਂ ਬਣਦੀ ਜਿਹੜਾ ਬੈਂਡ ਦੇ ਵਿੱਚ, ਜਿਵੇਂ ਨਵੇਂ ਬੂਟਾਂ 'ਚ ਤਾਂ ਬਾਹਲੀ ਉਹ ਬਣਦੀ ਹੈ। ਸੁਣੋ ਨਹੀਂ ਰੇਸ, ਅਤੇ ਆਹ ਦੇਖੋ ਜਿੱਦਾਂ, ਅਤੇ ਆਹ ਦੇਖੋ ਜਿੱਦਾਂ ਆਵਾਜ਼ ਬੈਕ ਮੋੜਦਾ, ਬੈਕ ਤਾਂ ਘੈਂਟ ਮੋੜਦਾ ਇਹ, ਕਿਉਂਕਿ ਬੈਕ ਤਾਂ ਰੀਜਨਲ ਬੈਂਡ ਵਾਂਗੇ ਮੋੜਦਾ ਜਿਵੇਂ ਸੀ ਬੈਂਡ ਹੁੰਦਾ, ਪਰ ਆਵਾਜ਼ ਜਦੋਂ ਆਪਾਂ ਚਲਾਉਂਦੇ ਉਦੋਂ ਪਤਾ ਲੱਗਦਾ ਰੀਜਨਲ ਬੈਂਡ ਦੇ ਸੀ ਬੈਂਡ ਦਾ। ਅਤੇ ਹੁਣ ਤੁਹਾਨੂੰ ਆਪਾਂ ਚੱਲਦੇ ਦਿੱਤਾ, ਬਾਕੀ ਆਹ ਦੇਖੋ ਜਿਵੇਂ ਕਿ BS4 ਦੇ ਵਿੱਚ ਨਾ, ਹੁਣ ਤਾਂ ਜਿਵੇਂ BS4 ਦੂਜੇ ਵੀ ਆਉਂਦੇ ਨੇ, ਇੱਕ ਜਿਹਦੇ ਵੀ ਪੂਰੇ ਉਹ ਹੁੰਦਾ, ਜਿਹੜੇ ਨਵੇਂ BS4 ਨੇ ਉਹਨਾਂ ਦੇ ਤਾਂ LED ਜਿਹੀ ਹੁੰਦੀ ਸੀਗੀ ਅਤੇ ਡਿਜੀਟਲ ਜਿਹਾ। ਅਤੇ ਇਹਦੇ ਵਿੱਚ ਦੇਖੋ ਤੁਸੀਂ, ਕੋਈ ਤੇਲ ਵਾਲੀ ਸੂਈ ਨਹੀਂ, ਕੋਈ ਤੇਲ ਵਾਲੀ ਲੈਟ ਨਹੀਂ, ਕੁਛ ਨਹੀਂ ਹੈਗਾ ABS ਦਾ। ਇਹ ਸਿੱਧਾ ਮਤਲਬ ਆਹ ਪ੍ਰੈਸ਼ਰ ਵਾਲੀ ਸੂਈ ਹੁੰਦੀ ਹੁੰਦੀ ਇੱਕ ਇਹਦੇ, ਅਤੇ ਸਟੈਂਡ ਚੱਕਣਾ ਭੁੱਲ ਗਿਆ ਮੇਰੇ ਵੀਰੋ, ਬੋਟਰ ਦਾ ਚਾਰਜ ਇੰਨਾ ਜ਼ਿਆਦਾ ਹੋ ਗਿਆ। ਅਤੇ ਬਾਕੀ ਆਹ ਦੇਖ ਸਕਦੇ ਤੁਸੀਂ, ਇਹਦੇ ਸੂਈ ਆਉਂਦੀ ਸੀਗੀ ਜਿਵੇਂ BS3 ਦੇ ਹੁੰਦੇ ਜਾਂ ਪੁੱਠੇ ਘੇਰਾਂ ਦੇ ਹੁੰਦੇ, ਉੱਦਾਂ ਸੂਈ ਆਉਂਦੀ ਸੀਗੀ। ਅਤੇ LED ਨਹੀਂ ਆਉਂਦੀ ਹੈਗੀ ਜਿਵੇਂ ਨਵੇਂ BS4 ਜਾਂ BS6। ਅਤੇ ਬਾਕੀ ਮੇਰੇ ਵੀਰੋ ਸਾਨੂੰ ਇੱਕ ਨਵਾਂ ਤਰੀਕਾ ਲੱਭਿਆ, ਜਿੱਦਾਂ BS6 ਦਾ ਪਟਾਕਾ ਵੱਧਦਾ ਨਾ, BS6 ਜਾਂ ਸਕੂਟਰੀਆਂ ਦਾ, ਉਹ ਉੱਦਾਂ ਹੀ ਤੁਸੀਂ ਪਟਾਕਾ ਮਾਰ ਸਕਦੇ ਹੋ। ਜੇ ਜ਼ਿਆਦਾ ਰੌਲਾ ਨਹੀਂ ਪਾਉਣਾ, ਤੁਸੀਂ ਰੇਸ ਰੂਸ ਦੇ ਕੇ ਪਟਾਕਾ ਨਹੀਂ ਮਾਰਨਾ, ਤੁਸੀਂ ਉੱਦਾਂ ਹੀ ਮਾਰ ਸਕਦੇ ਹੋ, ਤਾਂ ਦੇਖਿਓ ਪਹਿਲਾਂ ਉੱਤੇ ਦਿਖਾਈ ਫਿਰ ਥੱਲੇ ਦਿਖਾਈ ਸਕਦੇ। ਆਹ ਦੇਖੋ ਤੁਸੀਂ ਇੱਦਾਂ ਕਰਨਾ, ਜਿੱਦਾਂ ਮਾੜੀ ਰੇਤ ਦਿੱਤੀ ਉਹਦਾ ਚਾਬੀ ਬੰਦ, 2-3 ਵਾਰ ਪ੍ਰੈਸ਼ਰ ਬਣਾਇਆ, ਇੱਦਾਂ ਕਰਨਾ ਠੀਕ ਆ। ਆ ਦੇਖ ਮੇਰੇ ਵੀਰੇ ਪਟਾਕਾ, ਹੁਣ ਥੱਲੇ ਦਿਖਾ। ਆ ਦੇਖ ਤੈਨੂੰ ਆਪਾਂ ਚਾਬੀ ਦਾ ਦੱਸਤਾ, ਚਾਬੀ ਆਫ ਕਰਕੇ 2 ਵਾਰ ਪ੍ਰੈਸ਼ਰ ਜਿਹਾ ਬਣਾ ਕੇ ਫਿਰ ਚਾਬੀ ਆਨ ਕਰਦੇ, ਰੇਸ ਛੱਡ ਕੇ ਥੱਲੇ ਦੇਖੋ ਪਟਾਕਾ ਅੱਗ ਦੇਖਿਓ।
ਆ ਦੇਖੋ ਮੇਰੇ ਵੀਰੇ ਚਿਲਡ ਆ ਦੇਖੋ ਇਦਾਂ ਵੀ ਵਧੀਆ ਬੜਾ ਕੰਮ ਆ ਤੁਸੀਂ ਜਿਆਦਾ ਰੋਲਾ ਨਹੀਂ ਪਾਣਾ ਤੁਸੀਂ ਇਦਾਂ ਵੀ ਵਧੀਆ ਬੜਾ ਕੰਮ ਆ ਬਾਕੀ ਕਿ ਮੇਰੇ ਵੀਡੀਓ ਜਰੂਰ ਮਿਲਦਾ ਕਿ ਤੁਸੀਂ ਮਿਲਦਾ ਅਗਲੀ ਵੀਡੀਓ ਚ ਤੋ ਚੈਨਲ ਨੂੰ ਕਰ ਸਬਸਕ੍ਰਾਈਬ ਨਹੀਂ ਕਰਦਾ ਲਾਈਕ ਕਰ ਲਈ ਟਾਟਾ ਬਾਏ ਬਾਏ।